ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਚਲੋ ਜੀ, ਇਹ ਮੰਡੀਰ ਹੈਗੀ ਹੈ ਜੀ ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੀ। ਅੱਜ ਆਪਾਂ ਆਏ ਜੀ ਹਰਿਆਣੇ ਦੇ ਵਿੱਚ। ਸੋ ਬਹੁਤ ਟਾਈਮ ਬਾਅਦ ਗੇੜਾ ਮਾਰਿਆ ਹਰਿਆਣੇ, ਪਹਿਲਾਂ ਯਮੁਨਾਨਗਰ ਜ਼ਰੂਰ ਆਏ ਸੀਗੇ। ਮੈਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਇੱਥੇ, ਬਹੁਤ ਮੈਨੂੰ ਖੁਸ਼ੀ ਹੋਈ ਕਿਉਂਕਿ ਇੱਥੇ ਪੱਗਾਂ ਵਾਲੇ ਵੀਰ ਬਹੁਤ ਨੇ। ਸੋ ਪੰਜਾਬ ਦੇ ਵਿੱਚ ਪੱਗਾਂ ਪਾਈਆਂ ਜਾਂਦੀਆਂ ਨੇ, ਪਰ ਇੱਥੇ ਵੀ ਬਹੁਤ ਸੋਹਣੇ ਸੋਹਣੇ ਗੱਭਰੂ ਪੱਗਾਂ ਬੰਨ ਕੇ ਖੜੇ ਨੇ। ਸੋ ਪੱਗਾਂ ਵਾਲੇ ਵੀਰਾਂ ਲਈ ਜ਼ੋਰਦਾਰ ਤਾੜੀਆਂ, ਇੱਕ ਵਾਰ ਆਪਣੇ ਲਈ ਜ਼ੋਰਦਾਰ ਤਾੜੀਆਂ। ਚਲੋ ਜੀ ਐਪੀਸੋਡ ਸ਼ੁਰੂ ਕਰਦੇ ਹਾਂ, ਆਓ ਜੀ। ਉੱਧਰ 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 ਕਰਦੇ ਉੱਧਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਦਿਵਯਮ। ਦਿਵਯਮ ਸੋਢੀ। ਉਹ ਇਹਨੂੰ ਥੱਲੇ ਦਾ ਕਰ ਲਓ, ਇਹ ਪਹਿਲਾ ਬੰਦਾ ਨਹੀਂ, ਮੈਂ ਸਾਰਿਆਂ ਨੂੰ ਕਹਿਣਾ ਮਾਈਕ ਉੱਪਰ ਕਰੋ, ਇਹਨੇ ਅੰਦਰ ਬਾਬਾ ਜੱਪਾ। ਅੱਛਾ, ਕੀ ਨਾਂ ਹੈ? ਦਿਵਯਮ। ਹਾਂਜੀ, ਸੋਢੀ। ਦਿਵਯਮ ਸੋਢੀ, ਓਕੇ ਓਕੇ ਓਕੇ। ਕੀ ਸ਼ੌਂਕ ਨੇ ਤੁਹਾਡੇ ਸੋਢੀ ਸਾਹਿਬ? ਸਿੰਗਿੰਗ, ਗਾਣਾ। ਅੱਛਾ, ਮੇਨ ਗਾਣਾ ਹੀ ਹੈ। ਇਹ ਹੇਅਰ ਸਟਾਈਲ ਕਿੱਦਾਂ, ਟੱਚ ਕਿਹੜਾ ਹੈ? ਹੁਣ ਜੀ ਉਂਜ ਕੇ ਸ਼ੌਂਕ ਹੈ ਵਧਾਉਣ ਦਾ। ਅੱਛਾ, ਸ਼ੌਂਕ ਹੈ ਵਧਾਉਣ ਦਾ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੋਮ, ਡੈਡ, ਪੰਜਾਬੀ ਨਹੀਂ ਆਉਂਦੇ? ਗ੍ਰੈਂਡ ਪੇਰੈਂਟਸ ਔਰ ਮੇਰੀ। ਪੰਜਾਬੀ ਬੋਲੋ। ਮੰਮੀ ਪਾਪਾ ਨੇ, ਦਾਦਾ ਦਾਦੀ ਜੀ ਨੇ, ਅਤੇ ਮੇਰੀ ਇੱਕ ਭੈਣ ਹੈਗੀ ਛੋਟੀ। ਬਹੁਤ ਵਧੀਆ, ਪੰਜਾਬੀ ਬੋਲਿਆ ਕਰੋ। ਜ਼ਿਆਦਾ ਆਉਂਦੀ ਨਾ ਹੋਵੇ। ਹਾਂਜੀ। ਜਾਂ ਤਾਂ ਤੁਹਾਡਾ ਜਨਮ ਹੀ ਰਸ਼ੀਆ ਹੋਇਆ ਹੋਵੇ, ਫਿਰ ਤਾਂ ਤੁਸੀਂ ਕਰੋ ਮੋਮ ਡੈਡ। ਮੈਂ ਸਾਰਿਆਂ ਨੂੰ ਕਹੂੰਗਾ, ਪੰਜਾਬੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਅਸੀਂ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣਾ, ਅਸੀਂ ਪੰਜਾਬੀ 'ਚ ਗੱਲ ਕਰਨੀ ਹੈ, ਠੀਕ ਹੈ? ਹੋਰ ਸੁਣਾਓ ਨਵੀਂ ਤਾਜੀ, ਪੰਜਾਬ ਦੇ ਪੰਜਾਬੀ ਪਰਿਵਾਰ ਤੋਂ ਬੋਲਾਂ। ਹਾਂਜੀ ਹਾਂਜੀ। ਪੰਜਾਬੀ ਹੋਰ ਗਾਣਾ ਸੁਣਾਉਣਾ? ਹਾਂਜੀ। ਕਿਹੜਾ? ਚਰਖਾ। ਹਾਂ, ਬਹੁਤ ਵਧੀਆ। ਮੇਰੇ ਦਿਲ ਵਿੱਚੋਂ ਉੱਠ ਦੀਏ ਹੋ ਮਾਹੀਆ, ਮੈਨੂੰ ਯਾਦ ਆਵਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂ, ਮਾਹੀਆ ਮੈਨੂੰ ਯਾਦ ਆਵਦਾ ਚਰਖੇ ਦੀ ਮਿੱਠੀ ਮਿੱਠੀ ਕੂ, ਮਾਹੀਆ ਵੇਗਾ ਮਾਹੀਆ ਵੇਗਾ ਮਾਹੀਆ ਮਾਹੀ ਆਵੇਗਾ ਤੇ ਖੁਸ਼ੀਆਂ ਮਨਾਵਾਂਗੀ ਮਨਾਵਾਂਗੀ, ਉਹਦੇ ਰਾਹਾਂ ਵਿੱਚ ਅੱਖੀਆਂ ਵਿਛਾਵਾਂਗੀ ਵਿਛਾਵਾਂਗੀ, ਕਾਲੀ ਰਾਤ ਵਾਲੀ ਡੰਗੇ ਮੈਨੂੰ ਛੂ, ਕਾਲੀ ਰਾਤ ਵਾਲੀ ਡੰਗੇ ਮੈਨੂੰ ਸ਼ੂਕ, ਮਾਹੀਆ ਮੈਨੂੰ ਯਾਦ ਆਵਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂ। ਥੈਂਕ ਯੂ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ। ਢੀਠ ਸਾਹਿਬ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢੀਠ ਢੀਠ ਬਾਏ ਨੇਚਰ। ਬਹੁਤ ਵਧੀਆ, ਪੱਕੇ ਢੀਠ। ਕੀ ਸ਼ੌਂਕ ਹੈ ਤੁਹਾਡੇ? ਡਾਂਸਿੰਗ। ਨਾਮ ਕੀ ਹੈ? ਨਿਰਭੈ ਸ਼ਰਮਾ। ਨਿਰਭੈ ਸ਼ਰਮਾ ਸ਼ਰਮਾ। ਹਾਂਜੀ। ਕੱਪੜੇ ਕੁੱਪੜੇ ਲੀੜੇ ਤੁਹਾਡੇ ਡਾਂਸ ਵਾਲੇ ਆ? ਹਾਂਜੀ, ਬਸ ਲੁੱਕੀਵੇਂ ਦੀ ਰੱਖੀ ਹੈ, ਲੁੱਕੀਵੇਂ ਦੀ ਰੱਖੀ ਹੈ, ਸਟਾਈਲ ਹੈਗਾ। ਬਹੁਤ ਵਧੀਆ ਲੁੱਕ, ਬਹੁਤ ਵਧੀਆ। ਥੈਂਕ ਯੂ ਜੀ। ਕਰੋ ਜੀ ਡਾਂਸ, ਕਿਹੜੇ ਗਾਣੇ ਤੇ ਕਰਨਾ? ਆਪਾਂ ਭੰਗੜਾ ਕਰਨਾ, ਨਾਲ ਫ੍ਰੈਂਡ ਹੈ ਮੇਰੀ, ਆ ਜਾ। ਅੱਛਾ, ਸਾਰਿਆਂ ਨੇ ਕਰਨਾ? ਢੋਲ ਤੇ। ਅੱਛਾ, ਢੋਲ ਤੇ ਕਰਨਾ? ਹਾਂਜੀ, ਓਕੇ ਓਕੇ ਓਕੇ। ਪਹਿਲ ਤਾਂ ਸਰ ਤੁਹਾਡਾ ਵੈਲਕਮ ਸਾਡੇ ਕਾਲਜ ਚੋਂ। ਅੱਛਾ, ਹੁਣ ਜੇ ਤਾਂ ਇੱਥੇ ਘੰਟਾ ਹੋ ਗਿਆ ਗੱਲਬਾਤ ਕਰ ਲਈ, ਕਹਿੰਦੀ ਤੁਹਾਡਾ ਵੈਲਕਮ ਹੈ, ਕਹਿੰਦੀ ਨਹੀਂ ਨਹੀਂ ਤੁਹਾਡੀ ਵਾਰੀ ਆਈ। ਮੈਂ ਮਜ਼ਾਕ ਇੱਕ ਪਾਸੇ, ਥੈਂਕ ਯੂ ਸੋ ਮਚ। ਹੋਰ ਸੁਣਾਓ ਜੀ, ਹੋਰ ਕੋਈ ਗੱਲਬਾਤ ਕਰਨੀ ਹੋਵੇ? ਸਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਥੈਂਕ ਯੂ ਥੈਂਕ ਯੂ। ਤੇ ਮੇਰੀ ਫੈਮਿਲੀ ਤੇ ਤੁਸੀਂ? ਹਾਂਜੀ। ਤੋਂ ਪਰਿਵਾਰ 'ਚ ਕੌਣ ਕੌਣ ਤੁਹਾਡੇ? ਉਹ ਮੈਨੂੰ ਕਿਹਾ ਗੱਲਬਾਤ, ਉਹਨੇ ਮੈਨੂੰ ਕਿਹਾ ਵੀ ਪਰਿਵਾਰ ਨੂੰ ਹੈ, ਤੂੰ ਕਿੱਧਰ ਵੀ ਚੈਨ ਹੋਇਆ ਤੇਰੇ ਪਰਿਵਾਰ ਨੂੰ ਵੀ ਕਰਦਾ ਪਹਿਲਾਂ ਇੱਧਰ ਪੂਰਾ ਕਹਿੰਦੇ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਜਿਉਂਦੇ ਵਾਸਤੇ ਰਹੋ, ਥੈਂਕ ਯੂ ਸੋ ਮਚ ਅੰਕਲ ਆਂਟੀ ਦਾ, ਮਾਰੇ ਤੁਹਾਨੂੰ ਕਿਰਪਾ ਕਰਨ। ਤੇਰੇ ਟੱਬਰ 'ਚ ਕੌਣ ਕੌਣ ਹੈ? ਮੰਮੀ, ਪਾਪਾ, ਭੈਣ। ਓਹੋ, ਮੰਮਾ ਮੇਰੇ, ਮੰਮਾ ਤੁਹਾਡੇ ਬੜੇ ਫੈਨ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਆਂਟੀ ਜੀ। ਔਰ ਭੈਣ ਹੈਗੀ? ਕਿੱਦਾਂ ਦੇ ਨੇ ਜੀ? ਚਲੋ ਕੋਈ ਨਹੀਂ, ਨਿਆਣੇ ਸਾਰਿਆਂ ਨੂੰ ਚੰਗੇ ਲੱਗਦੇ ਨੇ। ਥੈਂਕ ਯੂ ਸੋ ਮਚ ਆਂਟੀ ਜੀ। ਭੰਗੜਾ ਕਰਦੇ? ਹਾਂ ਕਰਦੇ ਹਾਂ ਕਰਦੇ ਹਾਂ। ਵਿਆਹ ਕਰਾ ਲਿਆ ਤੂੰ? ਨਹੀਂ ਜੀ। ਕਦੋਂ ਕਰਾਉਣਾ? ਜਦੋਂ ਤੁਸੀਂ ਕਰਾਓਗੇ ਤੁਹਾਡੇ ਨਾਲ।
ਭਰਾ ਇਕੱਠੇ ਕਰਾਵਾਂਗੇ ਨਾ, ਕੁੜੀਆਂ ਲੱਭ ਲਓ ਇਕੱਠੇ ਕਰਾਵਾਂਗੇ। ਕਿੰਨਾ ਵਿਆਹ ਕਰਾਉਣਾ? ਆਪਣੀ ਆਪਣੀ ਰੱਖਾਂਗੇ ਵੀਰੇ। ਹਾਂ ਹਾਂ, ਕਿੰਨੀ ਉਮਰ ਤੇਰੀ? 20 ਸਾਲ। 20 ਸਾਲ? ਨਹੀਂ, ਵੈਸੇ ਉਹ ਘਰ ਦੇ ਕਹਿੰਦੇ ਹੁੰਦੇ ਨੇ ਵਿਆਹ ਵੀ ਕਰਾਉਣਾ। ਨਾਲ ਨਹੀਂ ਕਹਿੰਦੇ, ਕਹਿੰਦੇ ਆਰਾਮ ਨਾਲ ਕਰਾਈ। ਕਹਿੰਦੇ ਨਾਲ ਆਰਾਮ ਨਾਲ ਕਰਾਈ, ਕੋਈ ਛੇਤੀ ਆਰਾਮ ਨਾਲ ਕਰਾਈ, ਆਰਾਮ ਕੋਣਾ ਮੈਨੂੰ ਹੈਨੀ। ਖੜੇ ਖੜੇ ਇਹਨੂੰ ਪੁੱਛਦੇ ਹੈ, ਬਥੇਰੀ ਕੁੜੀਆਂ ਨੇ ਇਹਦੇ ਪਿੱਛੇ, ਇਹਦੇ ਪਿੱਛੇ ਕੁੜੀਆਂ। ਹੋਰ 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 ਪੰਪ ਦੇ, ਹੋਰ ਪੰਪ ਦੇ, ਚੱਲ ਚੱਲ ਚੱਲ, ਹੋਰ ਪੰਪ ਦੇ, ਚੱਲ ਚੱਲ ਭੇਟਣਾ, ਚੱਲ ਚੱਲ ਚੱਲ, ਹੋਰ ਹੋਰ ਦੇ, ਹੋਰ ਕਰ ਤਰੀ ਫੇਰ, ਚਲੋ ਚਲੋ ਮਜ਼ਾਕ ਇੱਕ ਪਾਸੇ ਕਰੋ ਭੰਗੜਾ। ਥੈਂਕ ਯੂ ਸੋ ਮਚ। ਆਹ ਪਿੱਛੇ ਕੀ ਹੈ, ਆਹ ਕੀ ਹੈ? ਹੈਂ? ਸਟਾਈਲ ਹੈ ਜੀ, ਇਹ ਕਿਹੜਾ ਸਟਾਈਲ ਹੈ? ਚਲੋ ਜਾਓ ਫਿਰ। ਉਹ ਕੀ ਕਰੀ ਜਾਂਦੇ ਤੁਸੀਂ ਯਾਰ, ਇਹ ਪ੍ਰੋਗਰਾਮ ਚੱਲਦਾ? ਕੋਈ ਨਹੀਂ ਕੋਈ ਨਹੀਂ ਸਰ, ਬੱਚੇ ਨੇ ਆਪਣੇ ਆ ਜੀ। ਉਹ ਠੀਕ, ਟੀਵੀ ਤੇ ਆ ਗਏ ਤੁਸੀਂ, ਸਤਿ ਸ੍ਰੀ ਅਕਾਲ ਕਹਿ ਦਿਓ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਹੌਸਲਾ ਹੁੰਦਾ ਜਦੋਂ ਕੋਈ ਤਕੜਾ ਬੰਦਾ ਨਾਲ ਹੁੰਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਸਾਇਰਾ। ਹੈਂ ਜੀ? ਸਾਇਰਾ। ਸਾਇਰਾ? ਹਾਂਜੀ। ਅੱਛਾ ਅੱਛਾ, ਇਹਦਾ ਕੀ ਮਤਲਬ ਜੀ ਸਾਇਰਾ? ਸਾਇਰਾ ਕ੍ਰਿਸਚੈਨਿਟੀ ਮੇਂ ਜੋ ਬਾਈਬਲ ਹੋਤੀ ਹੈ ਉਸਮੇਂ ਇਬਰਾਹਿਮ ਕੀ ਵਾਈਫ ਥੀ। ਅੱਛਾ ਜੀ, ਅੱਛਾ ਜੀ। ਕੀ ਸ਼ੌਕ ਨੇ ਤੁਹਾਡੇ? ਸਿੰਗਿੰਗ ਹੈ, ਡਾਂਸਿੰਗ ਹੈ। ਕੀ ਕਰੋਗੇ ਜੀ, ਗਾਣਾ ਸੁਣਾਓਗੇ? ਹੱਸਣਾ ਸੁਣਾਓ। ਮੈਂ ਤੈਨੂੰ ਸਮਝਾਵਾ ਕੀ ਨਾ ਤੇਰੇ ਬਾਜ ਲੱਗਦਾ ਜੀ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਹਾਰ ਤੇਰਾ, ਤੂੰ ਦਿਲ ਤੋਂ ਜਾਨ ਮੇਰੀ, ਜਾਨ ਮੇਰੀ। ਬਹੁਤ ਸੋਹਣੀ ਬਾਤ, ਮਾਰੇ ਕਿਰਪਾ ਕਰਨ, ਬਹੁਤ ਸੋਹਣੀ ਬਾਤ। ਗੋਡ ਬਲੈਸ ਯੂ ਜੀ, ਗੋਡ ਬਲੈਸ ਯੂ। ਖੜ ਜਾਓ। ਉਹ ਤਰਸਦੇ ਕੁੜੇ ਲੋਕ ਸੈਲਫੀ ਲੈਣ ਨੂੰ। ਉਹ ਕੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਲਾ ਦੇ। ਉਹ ਭਰਾਵਾ ਸਾਰੇ ਦੇਖ ਰਹੇ ਨੇ, ਗਾਹਾਂ ਟੀਵੀ ਵਾਲੇ ਦੇਖੇ ਨੇ, ਕੋਈ ਸਤਿ ਸ੍ਰੀ ਅਕਾਲ ਕੁਛ ਨੀ। ਰਾਮ ਰਾਮ ਬਾਈ। ਉਧਰ ਵੀ, ਉਧਰ ਵੀ, ਉਧਰ ਵੀ ਪੈਰੀ ਪੈ, ਘਰਦਿਆਂ ਨੂੰ ਮੱਥਾ ਟੇਕ, ਟੇਕ ਮੱਥਾ। ਰਾਮ ਰਾਮ ਜੀ। ਬਹੁਤ ਵਧੀਆ। ਹੁਣ ਦੱਸ ਪਰਿਵਾਰ 'ਚ ਕੌਣ ਕੌਣ ਹੈ? ਇੱਕ ਭਾਈ ਹੈ, ਇੱਕ ਹੋਰ ਮਾਤਾ ਪਿਤਾ। ਯਾਰ ਪਹਿਲਾਂ ਮਾਤਾ ਪਿਤਾ ਕਿ ਭਾਈ ਹੈ? ਪਹਿਲਾਂ ਮਾਤਾ ਪਿਤਾ ਨਾ। ਹਾਂ ਜੀ। ਉਸ ਤੋਂ ਬਾਅਦ ਭਾਈ ਹੈ ਕਿ ਭਾਈ ਪਹਿਲਾਂ ਆਇਆ? ਕਿਆ ਪਿਤਾ ਜੀ ਮਾਤਾ ਜੀ ਇੱਕ ਭਾਈ ਹੈ? ਹੁਣ ਮੀਤਾ ਜੀ ਇੱਕ। ਉਹ ਪਿਤਾ ਜੀ ਇੱਕ ਹੀ ਹੈ, ਪਿਤਾ ਜੀ ਇੱਕ ਹੀ ਹੈ। ਕਿਆ ਪਿਤਾ ਜੀ ਮਾਤਾ ਜੀ ਇੱਕ ਭਾਈ ਹੈ? ਪਿਤਾ ਜੀ ਮਾਤਾ ਜੀ ਇੱਕ ਭਾਈ ਹੈ। ਬਹੁਤ ਵਧੀਆ। ਕਿੱਥੇ ਰਹਿਣਾ? ਮੋੜੀ ਜਾਗਿਰ ਸੀਤਾ ਮਾਈ ਤੇ ਜੀ। ਓਕੇ ਓਕੇ ਓਕੇ। ਤੇਰੇ ਭੂਆ ਜੀ ਕਿੰਨੇ ਨੇ? ਭੂਆ ਜੀ ਦੋਵੇਂ ਜੀ। ਕਿੱਥੇ ਕਿੱਥੇ ਰਹਿੰਦੇ ਨੇ? ਇੱਕ ਕੈਥਲ ਹੈ ਜੀ, ਇੱਕ ਦਿਓਰਾ। ਪੱਕਾ? ਹਾਂਜੀ। ਮਾਸੀਆਂ ਕਿੰਨੀਆਂ? ਮਾਸੀ ਹੈਗਾ ਜੀ। ਉਹ ਕਿੱਥੇ ਰਹਿੰਦੇ ਨੇ? ਉਹ ਜੀ ਡੋਹਰ। ਓਕੇ। ਤੇ ਮਾਮੇ? ਮਾਮੇ ਵੀ ਦੋ ਹੈ ਜੀ। ਝੂਠ ਝੂਠ ਤਾਂ ਨਹੀਂ ਬੋਲੀ ਇਹਦਾ? ਓਕੇ ਓਕੇ। ਗਾਣਾ ਗਾਣਾ। ਅੱਛਾ ਗਾਣਾ ਗਾਣਾ, ਸੁਣਾਓ ਸੁਣਾਓ ਮੇਰਾ ਵੀ। ਕੋਈ ਨੀ ਕੋਈ ਨੀ। ਉਹ ਤਰਸਦੇ ਕੁੜੇ ਲੋਕ ਸੈਲਫੀ ਲੈਣ ਨੂੰ, ਦੇਖ ਹਥਿਆਰ ਜਾਵੇ ਮਿਰਗੀ ਪੈਣ ਨੂੰ, ਉਹ ਰੰਗ ਸਾਂਵਲੇ ਦੇ ਯਾਰ ਤੇ ਲਾਹੌਰ ਤੱਕ ਮਾਰ, ਸਾਂਵਲੇ ਦੇ ਯਾਰ ਤੇ ਲਾਹੌਰ ਤੱਕ ਮਾਰ, ਮੂੰਹੋਂ ਬੋਲਦੀ ਨੀ ਆਪੇ ਅਖਬਾਰ ਬੋਲਦਾ, ਉਹ ਕਿਸੇ ਗੱਲ ਦੀ ਨੀ ਟੋਟ ਪੂਰੀ ਹੋ ਕੇ ਯਾਰ ਪਟ, ਬਿੱਲੋ ਦਿੱਲੀ ਤੱਕ ਗੁਜਰਾਂ ਦਾ ਨਾਂ ਬੋਲਦਾ। ਗਾ ਗਾ ਮੈਂ ਮੋਢੇ ਘੁੱਟਦਾ। ਗਾ ਗਾ ਗਾ, ਚੱਲ ਚੱਲ ਚੱਲ। ਉਹ ਤਰਸਦੇ ਕੁੜੇ ਲੋਕ ਸੈਲਫੀ ਲੈਣ ਨੂੰ, ਵੇਖ ਹਥਿਆਰ ਜਾਵੇ ਮਿਰਗੀ ਪੈਣ ਨੂੰ। Love you, love you. Thank you, thank you. Love you, love you. Love you. ਚੰਗਾ, ਰਾਮ ਰਾਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਕੀ ਨਾਂ ਤੁਹਾਡਾ? ਸਤਵਿੰਦਰ ਸਿੰਘ ਸੰਧੂ। ਸੰਧੂ ਸਾਹਿਬ। ਹਾਂਜੀ। ਅੱਖਾਂ ਭੂਰੀਆਂ? ਹਾਂਜੀ।
ਤੇ ਗੱਲਾਂ ਗੋਲ ਮੋੜ ਨਹੀਂ ਜੀ 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 ਕੀ ਸ਼ੌਂਕ ਨੇ ਤੁਹਾਡੇ ਮੈਂ ਲਿਖਦਾ ਵੀਰੇ ਲਿਰਿਕਸ ਕਿਆ ਬਾਤ ਹੈ ਕਿਆ ਬਾਤ ਹੈ ਕਲਮ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਕਲਾ ਹੁੰਦੀ ਹੈ ਕਲਮ ਤੇ ਕੁਝ ਆਪਣਾ ਲਿਖਿਆ ਹੋਇਆ ਸੁਣਾਓ ਜੀ ਪਹਿਲਾਂ ਤਾਂ ਮੈਂ ਸੁਣਿਆ ਸੁਣਾਇਆ ਤੁਹਾਨੂੰ ਤੁਹਾਡੇ ਦੇਖ ਕੁਸਨ ਜੱਚਦਾ ਨੀ ਸ਼ਿੰਗਾਰ ਬਿਨਾਂ ਗੱਭਰੂ ਜੱਚਦਾ ਨੀ ਮੁਟਿਆਰ ਬਿਨਾਂ ਅਸੀਂ ਪਲ ਪਲ ਮਰਦੇ ਹਾਂ ਅਸੀਂ ਪਲ ਪਲ ਜੀਨੇ ਹਾਂ ਸਾਡਾ ਜੀ ਨਹੀਂ ਲੱਗਦਾ ਰਵਨੀਤ ਯਾਰ ਬਿਨਾਂ ਹਾਏ 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 ਥੈਂਕ ਯੂ ਸੋ ਮਚ ਹੁਣ ਆਪਣਾ ਅਤੀਤ ਭੁਲਾ ਕੇ ਅੱਗੇ ਵਧਣ ਦੀ ਉਹ ਵਾਰੀ ਹੈ ਉਹ ਤਾਂ ਨਹੀਂ ਮਰ ਜਾਣੀ ਭੁਲਾ ਹੋਣੀ ਪਰ ਉਮਰ ਤਾਂ ਕੱਟਣੀ ਸਾਰੀ ਹੈ ਹਾਏ ਹਾਏ ਭਾਵੇਂ ਮੈਂ ਉਹ ਸਿੰਗਲ ਹਾਂ ਪਰ ਹਲੇ ਉਹ ਵੀ ਤਾਂ ਕੁਵਾਰੀ ਹੈ ਜਿੱਦਣ ਉਹ ਪਾਈ ਚੂੜਾ ਦਿਸ ਗਈ ਉਦਣ ਲਾ ਲੈਣੀ ਸੰਧੂ ਨੇ ਕਿਸੇ ਨਾਲ ਯਾਰੀ ਹੈ ਚਲੋ ਜੀ ਗੁਰੂ ਨਾਨਕ ਖਾਲਸਾ ਕੋਲਜ ਕਰਨਾਲ 'ਚ ਇੱਧਰ ਰੌਣਕਾਂ ਲੱਗਦੀਆਂ ਰਹਿਣਗੀਆਂ ਰਿਮੋਟ ਨੂੰ ਹੱਥ ਨਾਲ ਆਓ ਮਿਲਦੇ ਹਾਂ ਜੀ ਇੱਕ ਛੋਟੇ ਜੇ ਥੈਂਕਸ ਫੋਰ ਵਾਚਿੰਗ ਕੰਟੀਨਿਊ ਮਡੀਰ ਔਰ MH1 ਕੰਟੀਨਿਊ ਮਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮਚ